गल सुन आज रोटी रोटी खाई रोटी आ ना आ जा ना बहू आ जा ना वीरे तू साडा है डरना क्यों आ जा आ जा आ जा टुर ना आ टुर आ जा रोटी खाई अपना ना ना की तेरा तेरा ना की है नाम दई जायद आ जा जायद रोटी खाने आ जा बो आ जाओ चलो रोटी रोटी दा चलो यार वीडियो तो डटा के आ जाओ आ जा तो रोटी खाने आ जा रोटी खानी की चाहते हो पैसे दे रोटी वास्ते आप खा लोगे पर मेरे हल तो वेखो पैसे दे पैसे दे जे तो चलो रोटी जो खानी तो खुवाइए थानू की करना चाहते हो तो बिस्तरा अपना क्यों तो छड़ के आ गए कपड़े शपड़े लाने और की मसला तुम दस की जानना तू है थोड़ा बोल बोलना नहीं नाराज है चलो ਤੁਸੀਂ ਇਹਨਾਂ ਨੂੰ ਹੁਣ ਖਾਣਾ ਖਵਾਓ ਆਪਣਾ ਮੈਸੇਜ ਬੋਲੋ ਜੀ ਵੇਖ ਸਕਦੇ ਬੋਲਣਾ ਜੀ ਕੋਈ ਜੀ ਨਾਜ਼ਰੀਨ ਅਸਲਾਮੁ ਅਲੈਕੁਮ ਰਹਿਮਤੁਲਲਾਹ ਬਰਕਾਤੁਹ ਜੀ ਜਿਹੜਾ ਸੜਕ ਦੇ ਕਿਨਾਰੇ ਮੇਰਾ ਕੈਮਰਾ ਤੁਹਾਨੂੰ ਦਿਖਾ ਰਿਹਾ ਆ ਜਿਹੜਾ ਬਿਸਤਰ ਪਿਆ ਇਹ ਵਿਚਾਰਾ ਇਸ ਬਿਸਤਰ 'ਚ ਸੌਂਦਾ ਸੀ ਲੇਕਿਨ ਇਹਦਾ ਬਿਸਤਰ ਚੁੱਕ ਕੇ ਅਤੇ ਉਸ ਸਾਈਡ 'ਤੇ ਕਿਸੇ ਨੇ ਕਰ ਦਿੱਤਾ ਔਰ ਜਿਹੜੀ ਜਗ੍ਹਾ ਸੀ ਐਕਚੁਅਲ ਜਿੱਥੇ ਸੌਂਦਾ ਸੀ ਉੱਥੇ ਕਿਸੇ ਨੇ ਕੰਢੇ ਜਿਹੜੇ ਨੇ ਉਹ ਮਤਲਬ ਟਹਿਣੀਆਂ ਜਿਹੜੀਆਂ ਹੁੰਦੀਆਂ ਨੇ ਬੇਰੀ ਦੀਆਂ ਜਾਂ ਕਿੱਕਰ ਦੀਆਂ ਉਹ ਕੱਟ ਕੇ ਰੱਖ ਦਿੱਤੀਆਂ ਨੇ ਜੋ ਵੀ ਹੈ ਤਾਂ ਇਨਸਾਨ ਹੈ ਲੇਕਿਨ ਇਸ ਸ਼ਦੀਦ ਸਰਦੀ 'ਚ ਜਿਸ ਤਰ੍ਹਾਂ ਤੁਹਾਨੂੰ ਮੇਰੇ ਮੂੰਹ 'ਚੋਂ ਨਿਕਲਦੀ ਹੋਈ ਹਵਾੜ ਜਿਹੜੀ ਹੈ ਉਹ ਦੱਸ ਰਹੀ ਹੈ ਕਿ ਸਰਦੀ ਦਾ ਟੈਂਪਰੇਚਰ ਜਿਹੜਾ ਜਦੋਂ ਕਿ ਮੈਂ ਚਾਰ ਕੱਪੜੇ ਪਾਏ ਹੋਏ ਨੇ ਚਾਰ ਕੱਪੜੇ ਪਾਉਣ ਦੇ ਬਾਵਜੂਦ ਸਰਦੀ ਦਾ ਆਲਮ ਹੈ ਔਰ ਮੈਂ ਬਹੁਤ ਹੈਪੀ ਨਹੀਂ ਬੜੀ ਆਸਾਨੀ ਨਾਲ ਮੈਂ ਗੱਲ ਨਹੀਂ ਕਰ ਸਕਦਾ ਲੇਕਿਨ ਉਹ ਵੀ ਇਨਸਾਨ ਹੈ ਤੁਸੀਂ ਦੇਖੋ ਕਿ ਕਿੰਨੀ ਸਰਦੀ ਦੇ ਵਿੱਚ ਜਿਹੜਾ ਉਹ ਫਿਰ ਰਿਹਾ ਸੋ ਅਸੀਂ ਇਨਸ਼ਾਅੱਲਾ ਬਫਜ਼ਲੇ ਖੁਦਾ ਅੱਲਾ ਰੱਬੁਲ ਇੱਜ਼ਤ ਨੇ ਚਾਹਿਆ ਅਤੇ ਕੱਲ੍ਹ ਜਿਹੜਾ ਅਸੀਂ ਆਵਾਂਗੇ ਉਹ ਆ ਕੇ ਜਨਾਬ ਇਹਦੇ ਵਾਸਤੇ ਕੱਪੜੇ ਵੀ ਲੈ ਕੇ ਆਵਾਂਗੇ ਔਰ ਜਿਹੜਾ ਰਜ਼ਾਈ ਬਿਸਤਰਾ ਔਰ ਇਨਸ਼ਾਅੱਲਾ ਇੱਥੇ ਕੋਸ਼ਿਸ਼ ਕਰਾਂਗੇ ਕਿਸੇ ਨੂੰ ਮਿਲ ਕੇ ਕਿੱਥੇ ਜਿਹੜੇ ਲੋਕ ਨੇ ਸਟਾਫ 'ਤੇ ਉਹਨਾਂ ਨੂੰ ਕਹੀਏ ਤਾਂ ਕਿ ਕੋਈ ਸੌਣ ਦੀ ਜਗ੍ਹਾ ਆਪਣੀ ਦੁਕਾਨ ਦੇ ਸ਼ਟਰ ਦੇ ਕੇ ਜਾਂ ਜਿਸ ਤਰ੍ਹਾਂ ਵੀ ਐਡਜਸਟਮੈਂਟ ਹੋ ਸਕੇ ਐਸੇ ਹੀ ਲੋਕਾਂ ਦੀ ਸਾਡੀ ਕੋਸ਼ਿਸ਼ ਹੈ ਇੱਕ ਓਲਡ ਏਜ ਹੋਮ ਸਿਆਲਕੋਟ ਵੀਡੀਓ ਮੈਂ ਆਪਣੇ ਚੈਨਲ 'ਤੇ ਪਹਿਲੇ ਵੀ ਲਗਾਈ ਹੈ ਉਹ ਸਾਡੀ ਕੋਸ਼ਿਸ਼ ਹੈ ਕਿ ਅਸੀਂ ਓਲਡ ਏਜ ਹੋਮ ਜਿਹੜਾ ਬਣਾ ਦਈਏ ਤਾਂ ਕਿ ਇਸ ਤਰ੍ਹਾਂ ਦੇ ਜਿੰਨੇ ਲੋਕ ਨੇ ਅਸੀਂ ਇਹਨਾਂ ਨੂੰ ਚੁੱਕ ਕੇ ਉੱਥੇ ਲੈ ਜਾਈਏ ਉਹ ਕਮ ਸੇ ਕਮ ਆਪਣੀ ਜਿਹੜੀ ਲਾਈਫ ਹੈ ਜਿਹੜੀ ਜ਼ਿੰਦਗੀ ਹੈ ਉਹ 'ਤੇ ਅੱਛੀ ਗੁਜ਼ਾਰ ਸਕਣ ਇਹੀ ਸਾਡੀ ਕੋਸ਼ਿਸ਼ ਹੈ ਅੱਲਾ ਸਾਡਾ ਮਦਦਗਾਰ ਹੋਵੇ ਔਰ ਅੱਲਾ ਤੁਹਾਡਾ ਹਾਮੀ ਓ ਨਾਸਰ ਹੋਵੇ ਔਰ ਇਹ ਉਹ ਨੇਕੀ ਦਾ ਰਸਤਾ ਹੈ ਜਿਹਦੇ 'ਤੇ ਚੱਲ ਕੇ ਯਕੀਨਨ ਅੱਲਾ ਰੱਬੁਲ ਇੱਜ਼ਤ ਮਿਲਦੇ ਨੇ ਇਬਾਦਤ ਨਾਲ ਜੰਨਤ ਮਿਲਦੀ ਹੈ ਲੇਕਿਨ ਖਿਦਮਤ ਇਨਸਾਨੀਅਤ ਨਾਲ ਜਿਹੜਾ ਅੱਲਾ ਤਾਲਾ ਖੁਦ ਮਿਲਦੇ ਨੇ ਸੋ ਜਿਹੜਾ ਆਪਣੇ ਰੱਬ ਨੂੰ ਮਿਲਣ ਦੀ ਖੁਆਇਸ਼ ਕਰਦਾ ਤਾਂ ਸੋ ਖਿਦਮਤ ਇਨਸਾਨੀਅਤ ਦੀ ਖਿਦਮਤ ਕਰੇ ਅਤੇ ਖਿਦਮਤ ਇਨਸਾਨੀਅਤ ਜਿਹੜੀ ਇਹਦੇ 'ਚ ਹੀ ਅਦਮਤ ਹੈ ਇਹਦੇ 'ਚ ਅੱਲਾ ਪਾਕ ਨੇ ਬੜੇ ਹੀ ਅਜਰੋ ਅਜ਼ੀਮ ਰੱਖੇ ਨੇ ਕਿ ਜਿਹਦਾ ਇਨਸਾਨ ਨੂੰ ਅੰਦਾਜ਼ਾ ਵੀ ਨਹੀਂ ਸੋ ਇਹ ਵੇ ਅਸੀਂ ਇਨਸ਼ਾਅੱਲਾ ਇਸ ਸ਼ਖਸ ਵਾਸਤੇ ਜਿਹੜਾ ਜੋ ਕਰ ਸਕੇ ਇਨਸ਼ਾਅੱਲਾ ਜ਼ਰੂਰ ਕਰਾਂਗੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੀ ਇੱਕ ਖੂਬਸੂਰਤੀ ਜਿਹੜੀ ਤੁਹਾਨੂੰ ਉਹ ਵੀ ਦਿਖਾਈਏ ਅਤੇ ਇਹਦੇ ਨਾਲ ਹੀ ਮੈਂ ਇਜਾਜ਼ਤ ਚਾਹਾਂਗਾ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ ਕਿਸੇ ਨਵੇਂ ਵੀਡੀਓ ਨਾਲ ਉਦੋਂ ਤੱਕ ਇਜਾਜ਼ਤ ਦਿਓ ਪਾਕਿਸਤਾਨ ਜ਼ਿੰਦਾਬਾਦ